ਮੋਰਨਿੰਗ ਵਾਕ ਇਜ਼ ਵੈਰੀ ਯੂਜਫੁਲ ਫੋਰ ਹੈਲਥ, ਇਟ ਇਜ਼ ਏ ਲਾਈਟ ਐਕਸਰਸਾਈਜ਼, ਇਟ ਕੀਪਸ ਅਸ ਫਿਟ ਫੋਰ ਦਾ ਡੇਜ਼ ਵਰਕ, ਮੋਰਨਿੰਗ ਆਵਰਸ ਆਰ ਰਿਫਰੈਸ਼ਿੰਗ ਐਟ ਦਿਸ ਟਾਈਮ, ਆਰ ਨਾਈਦਰ ਡਸਟ ਐਂਡ ਨੋਰ ਸਮੋਕ ਇਨ ਦਾ ਏਅਰ, ਬਰਸਿੰਗ ਇਨ ਦਾ ਟ੍ਰੀਜ਼, ਯੈਸਟਰਡੇ ਆਈ ਗੋਟ ਅਪ ਅਰਲੀ ਇਨ ਦਾ ਮੋਰਨਿੰਗ, ਆਈ ਕਾਲਡ ਮਾਈ ਫਰੈਂਡ ਸੁਸ਼ੀਲ, ਵੀ ਬੋਥ ਵੈਂਟ ਆਊਟ ਫੋਰ 160 ਫਰਾਟੇਦਾਰ ਅੰਗਰੇਜ਼ੀ ਬੋਲਣ ਅਤੇ 160 ਤੱਕ ਦੇ ਪਹਾੜੇ ਸੁਣਾ ਰਹੇ ਇਹ ਮਹਾਨ ਬੱਚੇ ਸਭ ਨੂੰ ਹੈਰਾਨ ਕਰ ਰਹੇ ਨੇ। ਇਹ ਵਿਦਿਆਰਥੀ ਕਿਸੇ ਕਾਨਵੈਂਟ ਸਕੂਲ ਦੇ ਨਹੀਂ ਬਲਕਿ ਸਰਕਾਰੀ ਪ੍ਰਾਇਮਰੀ ਸਕੂਲ ਦੇ 5ਵੀਂ ਜਵਾਤ ਵਿੱਚ ਪੜ੍ਹਨ ਵਾਲੇ ਨੇ। ਇਸ ਵਿਦਿਆਰਥਣ ਦੀ ਲਿਖਾਈ ਤਾਂ ਦਿਲ ਖੁਸ਼ ਕਰ ਰਹੀ ਹੈ, ਪੜ੍ਹਨ ਲਿਖਣ ਵਿੱਚ ਇਹ ਕਾਨਵੈਂਟ ਸਕੂਲਾਂ ਦੇ ਬੱਚਿਆਂ ਨੂੰ ਮਾਤ ਦੇ ਰਹੇ ਨੇ। ਇਹ ਸਕੂਲ ਬਟਾਲਾ ਦੇ ਬਲਾਕ 1 ਵਿੱਚ ਸਥਿਤ ਹੈ। ਆਮ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਮਾਪੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਤੋਂ ਗੁਰੇਜ਼ ਕਰਦੇ ਨੇ, ਹਿਚਕਿਚਾਉਂਦੇ ਨੇ, ਕਿਉਂਕਿ ਇੱਕ ਮਿੱਥ ਬਣੀ ਹੋਈ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੁੰਦੀ, ਇੱਥੇ ਸਿਰਫ ਗਰੀਬ ਲੋਕ ਪੜ੍ਹਨ ਆਉਂਦੇ ਨੇ। ਪਰ ਇਸ ਮਿੱਥ ਨੂੰ ਇਹ ਸਾਰੇ ਬੱਚੇ ਝੂਠਾ ਪਾ ਰਹੇ ਨੇ ਅਤੇ ਸਾਰੇ ਮਾਪਿਆਂ ਦੀਆਂ ਅੱਖਾਂ ਤੋਂ ਗਲਤ ਫਹਿਮੀ ਦਾ ਪਰਦਾ ਹਟਾ ਰਹੇ ਨੇ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਬੂਤ। 158 155 158 1200 1500 1600 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
ਫਿੱਟ ਫੋਰ ਦਾ ਡੇਜ਼ ਵਰਕ ਮੋਰਨਿੰਗ ਆਵਰਸ ਆਰ ਰਿਫਰੈਸ਼ਿੰਗ ਐਟ ਦਿਸ ਟਾਈਮ ਆਰ ਨਾਈਦਰ ਡਸਟ ਐਂਡ ਨੋਰ ਸਮੋਕ ਇਨ ਦਾ ਏਅਰ ਬਰਸਿੰਗ ਇਨ ਦਾ ਟ੍ਰੀਜ਼ ਯੈਸਟਰਡੇ ਆਈ ਗੋਟ ਅਪ ਅਰਲੀ ਇਨ ਦਾ ਮੋਰਨਿੰਗ ਆਈ ਕਾਲਡ ਮਾਈ ਫਰੈਂਡ ਸੁਸ਼ੀਲ ਵੀ ਬੋਥ ਵੈਂਟ ਆਊਟ ਫੋਰ ਏ ਵਾਕ ਵੀ ਵੈਂਟ 2 hours ਦਾ ਗਾਰਡਨ ਓਨ ਦਾ ਵੇ ਵੀ ਮੈਟ ਮੈਨੀ ਪੀਪਲ ਆਫਟਰ ਹਾਫ ਐਨ ਆਵਰ ਵੀ ਰੀਚ ਦਾ ਗਾਰਡਨ ਓਨ ਦਾ ਵੀ ਰੀਚ ਦਾ ਗਾਰਡਨ ਦਾ ਸਮ ਦਾ ਡਿਊ ਡਰੋਪਸ ਲੁੱਕਡ ਲਾਈਕ ਪਰਲਸ ਪਰਲਸ ਦਾ ਸਮ ਚਿਲਡਰਨ ਵਰ ਪਲੇਇੰਗ ਓਨ ਦਾ ਗ੍ਰੀਨ ਗਰਾਸ ਦਾ ਬਰਸ ਵਰ ਚਰਪਿੰਗ ਓਨ ਦਾ ਬਰਸ ਵਰ ਚਰਪਿੰਗ ਓਨ ਦਾ ਟ੍ਰੀਜ਼ ਵੀ ਬੋਥ ਹੈਡ ਮਾਈ ਫੂਡ ਐਂਡ ਵਾਂਟ ਟੂ ਸਕੂਲ ਦੇ ਅਧਿਆਪਕਾਂ ਨੇ ਸੋਚਿਆ ਹੋਇਆ ਸੀ ਕਿ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਮਿਆਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਤੋਂ ਉੱਚਾ ਚੁੱਕਣਾ ਹੈ। ਇਸੇ ਸੋਚ ਨੂੰ ਕਾਇਮ ਰੱਖਿਆ ਤੇ ਬੱਚਿਆਂ ਸਮੇਤ ਉਹਨਾਂ ਨੇ ਖੁਦ ਬਹੁਤ ਮਿਹਨਤ ਕੀਤੀ। ਇਸ ਸਕੂਲ ਦੇ ਵਿੱਚ 84 ਬੱਚੇ ਨੇ ਤੇ ਸਾਡੇ ਸਾਰਾ ਹੀ ਸਟਾਫ ਜਿਹੜਾ ਬੜਾ ਮਿਹਨਤੀ ਹੈ ਤੇ ਬੜੇ ਲਗਨ ਦੇ ਨਾਲ ਉਹਨਾਂ ਬੱਚਿਆਂ ਨੂੰ ਇਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਨੇ ਕਿ ਜਿਹੜੇ ਬੱਚੇ ਬਹੁਤ ਜਲਦੀ ਸਿੱਖ ਲੈਂਦੇ ਨੇ ਤੇ ਅਗਾਂਹ ਵੱਧਦੇ ਨੇ। ਇਹੀ ਕਹਾਂਗੀ ਕਿ ਸਾਰੇ ਟੀਚਰ ਜਿਹੜੇ ਆਪਣੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਅਤੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਬੰਦ ਹੋਣ ਅਤੇ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਇਹਨਾਂ ਵਿੱਚ ਸਟਾਫ ਵੀ ਪੂਰਾ ਹੋਵੇ ਅਤੇ ਬੱਚੇ ਜਿਹੜੇ ਆ ਅਗਾਂਹ ਵਧਣ ਅਤੇ ਸਾਡੇ ਸਕੂਲਾਂ ਦਾ ਨਾਂ ਰੋਸ਼ਨ ਕਰਨ। ਮੈਂ ਸ਼ੁਰੂ ਤੋਂ ਹੀ ਟੀਚਰ ਬਣਨ ਦਾ ਸ਼ੌਂਕ ਸੀ ਅਤੇ ਇਸ ਕਰਕੇ ਸੋਚੀਦਾ ਸੀ ਕਿ ਜਦੋਂ ਵੀ ਟੀਚਰ ਲੱਗੇ ਤਾਂ ਬੱਚਿਆਂ ਨੂੰ ਵੱਧ ਤੋਂ ਵੱਧ ਐਕਸੈਪਸ਼ਨਲ ਬਣਾਉਣਾ।
ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਵਧੀਆ ਹੁੰਦੇ ਨੇ, ਇਹ ਨਹੀਂ ਆਪਾਂ ਕਹਿ ਸਕਦੇ ਕਿ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਨਹੀਂ ਆਉਂਦਾ ਕੁਛ। ਜਦੋਂ ਵੀ ਆਪਾਂ ਕਿਸੇ ਕਲਾਸ ਵਿੱਚ 10-15 ਬੱਚੇ ਹੋਣ, ਮੰਨ ਲਓ 15 ਬੱਚੇ ਆ, ਉਹਨਾਂ ਵਿੱਚ 5 ਬੱਚੇ ਐਕਸੈਪਸ਼ਨਲ ਹੁੰਦੇ ਨੇ, ਉਹਨੂੰ ਬਸ ਮੋਟੀਵੇਟ ਕਰਨ ਦੀ ਲੋੜ ਹੁੰਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਮੋਟੀਵੇਟ ਕਰਨਾ। ਮੇਰੀ ਕਲਾਸ ਵਿੱਚ ਬੱਚੇ ਨੇ 12 ਬੱਚੇ ਨੇ ਅਤੇ ਉਹਨਾਂ ਵਿੱਚ 7-8 ਬੱਚੇ ਐਕਸੈਪਸ਼ਨਲ ਨੇ, ਜਿਨ੍ਹਾਂ ਵਿੱਚੋਂ 5 ਕੰਪੀਟੀਸ਼ਨ ਬਲੋਕ ਲੈਵਲ 'ਤੇ ਜਿੱਤ ਗਏ ਨੇ। ਮੈਨੂੰ ਉਮੀਦ ਹੈ ਕਿ ਜ਼ਿਲ੍ਹੇ ਲੈਵਲ 'ਤੇ ਜਾਂ ਜਿੱਤ ਗਏ ਆਣਗੇ। ਸਰਕਾਰੀ ਸਕੂਲਾਂ ਦੇ ਟੀਚਰ ਮਿਹਨਤ ਕਰਾਂਗੇ ਤਦ ਹੀ ਆ ਜਿਹੜੀਆਂ ਪ੍ਰਾਈਵੇਟ ਦੁਕਾਨਾਂ ਖੁੱਲੀਆਂ ਦੀਆਂ ਇਹ ਬੰਦ ਹੋਣਗੀਆਂ। ਜੇ ਜਿਹੜਾ ਇਹਨਾਂ ਨੇ ਬਿਜ਼ਨਸ ਖੋਲਿਆ ਤਾਂ ਪੜ੍ਹਾਉਂਦੇ ਪੜ੍ਹਾਉਂਦੇ ਚਲੋ ਕੁਛ ਨਹੀਂ ਹੈ ਅਤੇ ਸਰ ਬੱਚਿਆਂ ਕੋਲ ਫੀਸਾਂ ਲੈ ਲੈਂਦੇ ਆ, ਜਿਸ ਤਰ੍ਹਾਂ ਸਰਕਾਰੀ ਸਕੂਲਾਂ ਦੇ ਟੀਚਰਸ ਪੜ੍ਹਾਉਣ 'ਤੇ ਲੋਕ ਪ੍ਰਾਈਵੇਟ ਵੱਲੋਂ ਹਟ ਕੇ ਸਰਕਾਰੀ ਸਕੂਲ ਵੱਲ ਆਪਣੇ ਬੱਚਿਆਂ ਨੂੰ ਦਾਖਲ ਕਰਾਉਣ। ਜੇਕਰ ਥੋੜ੍ਹਾ ਜਿਹਾ ਵੀ ਧਿਆਨ ਦਿੱਤਾ ਜਾਏ ਤਾਂ ਹੋਰ ਇਲਾਕਿਆਂ ਦੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਮਿਆਰ ਵੀ ਉੱਚਾ ਉੱਠ ਸਕਦਾ ਹੈ। ਮਹਿੰਗੇ ਪ੍ਰਾਈਵੇਟ ਸਕੂਲ ਤਾਂ ਵਪਾਰ ਦਾ ਹੀ ਸਾਧਨ ਬਣ ਗਏ ਨੇ, ਜੇਕਰ ਪੜ੍ਹਨ ਅਤੇ ਪੜ੍ਹਾਉਣ ਵਾਲਾ ਮਿਹਨਤੀ ਹੋਏ ਤਾਂ ਮਹਿੰਗੇ ਸਸਤੇ ਦੀ ਅਹਿਮੀਅਤ ਹੀ ਨਹੀਂ ਰਹਿੰਦੀ। ਗੁਰਦਾਸਪੁਰ ਤੋਂ ਨਿਤਿਨ ਲੁਥਰਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।